ਆਏ ਆ ਸੁਭਾਸ਼ ਬਾਈਟਸ ਕਰਕੇ ਆਏ ਇੱਥੇ ਬਈ ਬ੍ਰੈਡ 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 ਟਾਕ ਦੇ ਵਿੱਚ ਬਾਈ ਸੁਭਾਸ਼ ਫੂਡਸ ਇਹਦੇ ਵਿੱਚੋਂ ਸਾਨੂੰ ਕੋਕਰੋਚ ਮਿਲਿਆ ਵਾ ਆਹ ਦੇਖੋ ਅਤੇ ਜਿਮ ਲਵਰ ਸੈਲਡ ਆ ਅਤੇ ਜਿਹੜੇ ਬੰਦੇ ਇੱਥੇ ਜਿਮ ਲਾ ਕੇ ਅਤੇ ਸੈਲਡ ਖਾਣ ਆਉਂਦੇ ਆ ਉਹ ਫਿਰ ਕੀ ਖਾਣਗੇ ਕੋਕਰੋਚ ਵੀ ਜਾਣਗੇ ਨਾਲ ਅਤੇ ਨਾਲ ਖੀਰੇ ਖੂਰੇ ਵੀ ਜਾਣਗੇ ਚਲੋ ਜੀ ਅਤੇ ਇੱਥੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਦੇਖੋ ਬ੍ਰੈਡ ਟਾਕ ਬਾਈ ਸੁਭਾਸ਼ ਫੂਡਸ ਜੇਕਰ ਤੁਸੀਂ ਵੀ ਜਿਮ ਲਾਉਣ ਤੋਂ ਬਾਅਦ ਬਾਹਰ ਕਿਤੇ ਸਲਾਦ ਖਾ ਰਹੇ ਹੋ ਰੈਸਟੋਰੈਂਟ ਦੇ ਵਿੱਚ ਤਾਂ ਇਹ ਖਬਰ ਥੋੜ੍ਹਾ ਧਿਆਨ ਨਾਲ ਸੁਣ ਲਓ ਕਿਤੇ ਤੁਹਾਡੇ ਨਾਲ ਨਾ ਅਜਿਹਾ ਕੁਝ ਵਾਪਰ ਜਾਵੇ ਜੋ ਇਸ ਵੀਡੀਓ ਦੇ ਵਿੱਚ ਹੋਇਆ ਤਾਂ ਦੱਸ ਦਈਏ ਕਿ ਇੱਕ ਵਿਅਕਤੀ ਦੇ ਵੱਲੋਂ ਜਿਮ ਲਾਉਣ ਤੋਂ ਬਾਅਦ ਜਦੋਂ ਰੈਸਟੋਰੈਂਟ ਦੇ ਵਿੱਚ ਸਲਾਦ ਖਾਣ ਲੱਗਿਆ ਤਾਂ ਸਲਾਦ ਵਾਲੀ ਪਲੇਟ ਵਿੱਚੋਂ ਕਾਕਰੋਚ ਨਿਕਲਿਆ ਜਿਸ ਤੋਂ ਬਾਅਦ ਵਿਅਕਤੀ ਨੇ ਉਸਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਦੇ ਉੱਤੇ ਉਸਨੂੰ ਹੁਣ ਵਾਇਰਲ ਕਰ ਦਿੱਤਾ ਅਤੇ ਜਿਸ ਵਿਅਕਤੀ ਦੀ ਪਲੇਟ 'ਚੋਂ ਇਹ ਕਾਕਰੋਚ ਨਿਕਲਿਆ ਉਸਨੇ ਸਿੱਧਾ ਹੀ ਹੁਣ ਧਮਕੀ ਦਿੱਤੀ ਹੈ ਕਿ ਜੇਕਰ ਉਸਨੂੰ ਕੋਈ ਫੂਡ ਪੋਇਜ਼ਨਿੰਗ ਹੁੰਦੀ ਹੈ ਜਾਂ ਫਿਰ ਉਸਨੂੰ ਕੁਝ ਵੀ ਹੁੰਦਾ ਹੈ ਤਾਂ ਉਸਦਾ ਜੋ ਜ਼ਿੰਮੇਵਾਰ ਹੋਵੇਗਾ ਇਹ ਰੈਸਟੋਰੈਂਟ ਹੋਵੇਗਾ ਕਿਉਂਕਿ ਉਹ ਜਿੰਮ ਲਾਉਣ ਤੋਂ ਬਾਅਦ ਇਸ ਰੈਸਟੋਰੈਂਟ ਦੇ ਵਿੱਚ ਚੰਗੀ ਖੁਰਾਕ ਲੈਣ ਦੇ ਲਈ ਸਲਾਦ ਖਾਣ ਦੇ ਲਈ ਇੱਥੇ ਪਹੁੰਚਿਆ ਸੀ ਜਿਵੇਂ ਹੀ ਉਸਦੇ ਵੱਲੋਂ ਚਮਚਾ ਭਰਿਆ ਜਾਂਦਾ ਹੈ ਤਾਂ ਉਸਦੇ ਨੀਚੇ ਇੱਕ ਵੱਡਾ ਕਾਕਰੋਚ ਨਿਕਲਦਾ ਹੈ ਕਾਕਰੋਚ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਦੱਸ ਦਈਏ ਕਿ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਕਈ ਵਾਰ ਕਦੀ ਛਿਪਕਲੀ ਨਿਕਲਦੀ ਹੈ ਕਦੇ ਕਾਕਰੋਚ ਨਿਕਲਦਾ ਹੈ ਜਾਂ ਫਿਰ ਕਦੇ ਖਾਣ ਵਾਲੀ ਚੀਜ਼ਾਂ 'ਚ ਚੂਹਾ ਨਿਕਲਦਾ ਪਰ ਹੁਣ ਇਹ ਇੱਕ ਨਵਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਸਲਾਦ ਦੀ ਪਲੇਟ ਦੇ ਵਿੱਚੋਂ ਤੀ ਹੁਣ ਕਾਕਰੋਚ ਨਿਕਲਿਆ ਅਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ 'ਤੇ ਆਏ ਸੀਗੇ ਜਿਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਂ ਕਿਹਾ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੁਦ ਇੱਕ ਵੈਜੀਟੇਰੀਅਨ ਬੰਦਾ ਵਾ ਅੰਮ੍ਰਿਤ ਛਕਿਆ ਹੋਇਆ ਅੰਮ੍ਰਿਤਧਾਰੀ ਸਿੰਘ ਆ ਆਹ ਵੇਖੋ ਆਖੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਤੇ ਉਸ ਦੇ ਵਿੱਚ ਕਾਕਰੋਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਹਾਂ ਠੀਕ ਹੈ ਉਹ ਤੁਹਾਨੂੰ ਵੀਡੀਓ ਸ਼ੋ ਹੋ ਜਾਏਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇੰਸਪੈਕਟਰ ਆ ਜਿਹੜੇ ਵੀ ਇਹੋ ਜਿਹੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉੱਥੇ ਜਾ ਕੇ ਫੂਡ ਦੀ ਇੰਸਪੈਕਸ਼ਨ ਹੋਣੀ ਚਾਹੀਦੀ ਕਿ ਕੋਕਰੇ ਤੋਂ ਹੀ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹਨਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਛ ਹੁੰਦਾ ਵਾ ਮੈਨੂੰ ਕੋਈ ਫੂਡ ਪੋਇਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇੱਥੋਂ ਦਾ ਫੂਡ ਇੰਸਪੈਕਟਰ ਹੋਏਗਾ ਇਹੋ ਜਿਹੜੇ ਰੈਸਟੋਰੈਂਟ ਨੇ ਇਹ ਵੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਜਦੋਂ ਆਏ ਆ ਤੇ ਕਾਕਰੋਚ ਉਹਦੇ ਵਿੱਚੋਂ ਏਡਾ ਮੋਟਾ ਨਿਕਲਿਆ ਵਾ ਕਿੱਡੀ ਮਾੜੀ ਗੱਲ ਆ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਜੀ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰ ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜ਼ੀ ਵਿੱਚ ਪਾਉਣੀ ਆ ਸਬਜ਼ੀ ਦੇ ਨਾਲ ਨਾਲ ਵਿੱਚ ਅਸੀਂ ਕੀ ਪਾਈ ਜਾ ਰਹੇ ਕਾਕਰੋਚ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਬੰਦੇ ਨੂੰ